ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਬਿਆਨ ਨਿਕਲਿਆ ਝੂਠਾ ਰੈਲੀ ਤੇ ਗਈਆਂ ਸਰਕਾਰੀ ਬੱਸਾਂ ਦਾ ਕਿਰਾਇਆ ਹਜੇ ਤੱਕ ਵੀ ਨਹੀਂ ਪਹੁੰਚਿਆ ਡੀਪੂਆਂ ਕੋਲ ਪਰ ਵੜਿੰਗ ਸਾਹਿਬ ਤਾਂ ਇੱਕ ਥਾਪੜ ਕੇ ਕਹਿੰਦੇ ਆ ਸਰਟੀਫਿਕੇਟ ਦੇਖ ਲਓ ਦੋਸੋਂ ਬਸ ਆਪ ਦੇ ਡਿਪਾਰਟਮੈਂਟ ਵੀ ਲਈ ਤੇ ਉਹਨੂੰ ਪੈਸੇ ਦਿੱਤੇ ਐ ਸਰਟੀਫੀਕੇਟ ਮਖਾ ਦੂਗਾ ਜਿਨਾ ਦਿੱਤੇ ਹੋਣ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਤੇ ਮੈਂ ਪਰਮੇਤ ਸਿੰਘ ਅੱਜ ਕੱਲ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਝੂਠ ਬੋਲਣ ਲੱਗ ਪਏ ਨੇ ਝੂਠ ਵੀ ਇਹਨੇ ਆਤਮ ਵਿਸ਼ਵਾਸ ਦੇ ਨਾਲ ਬੋਲਦੇ ਨੇ ਕਿ ਲੋਕਾਂ ਨੂੰ ਲੱਗਦਾ ਏ ਸੱਚ ਬੋਲ ਰਹੇ ਨੇ ਤਾਂ ਅਜਹਿਆ ਕਿਹੜਾ ਝੂਠ ਬੋਲਿਆ ਏ ਜੋ ਅਸੀਂ ਉਹਨਾਂ ਦਾ ਝੂਠ ਫੜ ਲਿਆ ਏ ਆਓ ਦੱਸਦੇ ਆ ਇਹ ਵੀ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ 22 ਦਸੰਬਰ ਨੂੰ ਆਪਣੇ ਹਲਕਾ ਗਿੱਦੜਵਾ ਦੇ ਪਿੰਡ ਦੋਦਾ ਦੇ ਵਿੱਚ ਇੱਕ ਰੈਲੀ ਕਰਵਾਈ ਗਈ ਸੀ ਇਸ ਰੈਲੀ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚਦੇ ਨੇ ਤੇ ਇਸ ਰੈਲੀ ਦੇ ਵਿੱਚ ਸਮਰਥਕਾਂ ਨੂੰ ਲਿਆਉਣ ਦੇ ਲਈ ਰਾਜਾ ਵੜਿੰਗ ਦੇ ਵੱਲੋਂ ਸਰਕਾਰੀ ਬੱਸਾਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਦਾ ਇਸਤੇਮਾਲ ਕੀਤਾ ਗਿਆ ਸੀ ਇਸਤਮਾਲ ਕਰਨਾ ਕੋਈ ਗਲਤ ਨਹੀਂ ਕਿਉਂਕਿ ਸਮਰਥਕਾਂ ਨੂੰ ਲਿਆਉਣ ਦੇ ਲਈ ਪ੍ਰਾਈਵੇਟ ਬੱਸਾਂ ਦਾ ਵੀ ਇਸਤੇਮਾਲ ਹੁੰਦਾ ਹੈ ਪਰ ਰਾਜਾ ਵੜਿੰਗ ਜੀ ਨੇ ਸੋਚਿਆ ਕਿ ਆਪਾਂ ਤਾਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਕਿਰਾਇਆ ਦੇਣਾ ਹੈ ਤਾਂ ਇਹ ਕਿਰਾਇਆ ਆਪਾਂ ਪੰਜਾਬ ਰੋਡਵੇਜ ਪੰਜਾਬ ਸਰਕਾਰ ਨੂੰ ਦੇ ਦਈਏ ਤਾਂ ਜੋ ਖਜ਼ਾਨਾ ਵੀ ਭਰ ਜਾਵੇ ਇਸ ਲਈ ਮੰਤਰੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ 200 ਬੱਸਾਂ ਦਾ ਇਸਤੇਮਾਲ ਕੀਤਾ ਸੀ ਪੰਜਾਬ ਸਰਕਾਰ ਦੀਆਂ ਤੇਸ ਤੋਂ ਬਾਅਦ ਰਾਜਾ ਵੜਿੰਗ ਦੀ ਇੱਕ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਉਹ ਦਾਵਾ ਕਰ ਰਹੇ ਨੇ ਕਿ ਮੈਂ ਨਾ ਬੱਸਾਂ ਦਾ ਕਿਰਾਇਆ ਦੇ ਤਾਏ ਭਲਾ ਸਰਟੀਫਿਕੇਟ ਚੈੱਕ ਕਰ ਲੋ ਪਹਿਲਾਂ ਪ੍ਰਾਈਵੇਟ ਬੱਸਾਂ ਲੈਂਦੇ ਸੀ ਤੇ ਪੈਸੇ ਉਹਨਾਂ ਨੂੰ ਦਿੰਦੇ ਸੀ ਕੋਈ ਬੱਸ ਕਹੀਦੀ ਸੀ 450 200 ਬੱਸ ਆਪ ਦੇ ਡਿਪਾਰਟਮੈਂਟ ਦੀ ਲਈ ਤੇ ਉਹਨੂੰ ਪੈਸੇ ਦਿੱਤੇ ਐ ਸਰਟੀਫਿਕੇਟ ਵਿਖਾ ਦੂਗਾ ਜੇ ਨਾਂ ਦਿੱਤੇ ਹੁਣ ਤਾਂ ਦੇਣ ਦਾ ਜਦੇ ਲਾਰਦੇ ਆਏ ਪਰ ਅਮਰਿੰਦਰ ਸਿੰਘ ਰਾਜਾ ਵੜੰਗੇ ਥੇ ਝੂਠ ਬੋ ਰਹੇ ਨੇ ਉਹਨਾਂ ਦੇ ਵੱਲੋਂ ਹਜੇ ਤੱਕ ਤਕਰੀਬਨ 150 ਬੱਸ ਦਾ ਕਿਰਾਇਆ ਦਿੱਤਾ ਹੀ ਨਹੀਂ ਗਿਆ ਤਕਰੀਬਨ ਦਿੱਤਾ ਤਾਂ ਗਿਆ ਸ਼ਾਇਦ 200 ਬੱਸ ਦਾ ਹੀ ਨਾ ਹੋਵੇ ਪਰ ਜਿੰਨਾ ਡੀਪੂਆਂ ਦੇ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਹੈ ਉਹਨਾਂ ਨੂੰ ਹਜੇ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਬੱਸਾਂ ਦਾ ਕਿਰਾਇਆ ਦਿੱਤਾ ਹੀ ਨਹੀਂ ਆਓ ਦੱਸ ਦਿਆਂ ਤੁਹਾਨੂੰ ਕਾਰਨ ਵਾਰ ਕਿਹੜੇ ਡੀਪੂ ਦੀਆਂ ਕਿੰਨੀਆਂ ਬੱਸਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸਤੇਮਾਲ ਕੀਤੀਆਂ ਸੀ ਤੇ ਉਹਨਾਂ ਦਾ ਕਿੰਨਾ ਕਿਰਾਇਆ ਬੰਦਾ ਏ ਤੇ ਰਾਜਾ ਵੜਿੰਗ ਸਾਹਮਣੇ ਕਿਰਾਇਆ ਦਿੱਤਾ ਜਾਂ ਨਹੀਂ ਦਿੱਤਾ ਗੱਲ ਕਰਦੇ ਆ ਪਹਿਲਾਂ ਬਠਿੰਡਾ ਡੀਪੂ ਦੀ ਬਠਿੰਡਾ ਡਿਪੂ ਤੋਂ ਅਮਰਿੰਦਰ ਸਿੰਘ ਰਾਯਾ ਵੜਿੰਗ ਦੀ ਰੈਲੀ 'ਚ 51 ਬੱਸਾਂ ਗਈਆਂ ਸੀ ਜਿਨ੍ਹਾਂ ਦਾ ਕਿਰਾਇਆ ਹਜੇ ਤੱਕ ਰਾਜਾ ਵੜਿੰਗ ਜੀ ਨੇ ਨਹੀਂ ਦਿੱਤਾ ਇਸ ਤੋਂ ਬਾਅਦ ਕਰਦੇ ਹਾਂ ਫਰੀਦਕੋਟ ਦੀ ਤਾਂ ਫਰੀਦਕੋਟ ਤੋਂ 30 ਬੱਸਾਂ ਰਾਜਾ ਵੜਿੰਗ ਦੀ ਰੈਲੀ ਵਿੱਚ ਸ਼ਾਮਲ ਹੋਈਆਂ ਸੀ ਤੇ ਜਿਨ੍ਹਾਂ ਦਾ ਕਿਰਾਇਆ ਹਜੇ ਤੱਕ ਦਿੱਤਾ ਨਹੀਂ ਗਿਆ ਇਸ ਤੋਂ ਬਾਅਦ ਗੱਲ ਕਰਦੇ ਹਾਂ ਬਰਨਾਲਾ ਦੀ ਤਾਂ ਬਰਨਾਲਾ ਡਿਪੂ ਤੋਂ ਪੰਜਾਬ ਰੋਡਵੇਜ਼ ਦੀਆਂ ਤਕਰੀਬਨ 20 ਬੱਸਾਂ ਰਾਜਾ ਵੜਿੰਗ ਦੀ ਰੈਲੀ ਵਿੱਚ ਸ਼ਾਮਲ ਹੋਈਆਂ ਸਨ ਪਰ ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਬਿੱਲ ਬਾਰੇ ਤਾਂ ਉਸ ਸਮੇਂ ਜਿਸ ਅਧਿਕਾਰੀ ਵੱਲੋਂ ਬਿੱਲ ਬਣਾਏ ਜਾਂਦੇ ਨੇ ਉਹਨਾਂ ਦੀ ਡਿਊਟੀ ਚੋਣਾਂ ਦੇ ਵਿੱਚ ਲੱਗੀ ਹੋਈ ਸੀ ਪਰ ਇਹ ਸਾਫ਼ ਨਹੀਂ ਹੋਇਆ ਕਿ ਉਹਨਾਂ ਨੇ ਹਜੇ ਤੱਕ ਕਿਰਾਇਆ ਦਿੱਤਾ ਹੈ ਕਿ ਨਹੀਂ ਦਿੱਤਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਮੁੱਖ ਸਰ ਡੀਪੂ ਦੀ ਤਾਂ ਇਥੋਂ ਪੰਜਾਬ ਰੋਡਵੇਜ਼ ਦੀਆਂ ਤਕਰੀਬਨ 33 ਬੱਸਾਂ ਰਾਜਾ ਵੜਿੰਗ ਦੀ ਰੈਲੀ ਦੇ ਵਿੱਚ ਸ਼ਾਮਲ ਹੋਈਆਂ ਸੀ ਜਦੋਂ ਅਸੀਂ ਅਧਿਕਾਰੀਆਂ ਤੋਂ ਪੁੱਛਿਆ ਕਿ ਰਾਜਾ ਵੜਿੰਗ ਜੀ ਨੇ ਕਿਰਾਇਆ ਦਿੱਤਾ ਕਿ ਨਹੀਂ ਤਾਂ ਸਾਨੂੰ ਉਹਨਾਂ ਨੇ ਗੋਲ ਮੋਲ ਜਿਹਾ ਜਵਾਬ ਦਿੱਤਾ ਕਹਿੰਦੇ ਕੋਈ ਨਾ ਕਿਰਾਇਆ ਤਾਂ ਦੇਣਾ ਹੀ ਹੈ ਅਸੀਂ ਪੁੱਛਿਆ ਕਿ ਕਿਰਾਇਆ ਦਿੱਤਾ ਹੈ ਤਾਂ ਤਾਂ ਉਹਨਾਂ ਨੇ ਕਿਹਾ ਕੋਈ ਨਾ ਕਿਰਾਇਆ ਦੇ ਦੇਣਗੇ ਤਾਂ ਸਾਨੂੰ ਉਹਨਾਂ ਤੋਂ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਤਾਂ ਹੁਣ ਤੱਕ ਕਹਿ ਸਕਦੇ ਹਾਂ ਕਿ ਇੰਨਾ ਚਾਰ ਡੀਪੂਆਂ ਦੇ ਕੋਲ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੱਗਦਾ ਕੋਈ ਕਿਰਾਇਆ ਪਹੁੰਚਿਆ ਹੀ ਨਹੀਂ ਪਰ ਰਾਜਾ ਵੜਿੰਗ ਸਾਹਿਬ ਤਾਂ ਕਹਿ ਰਹੇ ਨੇ ਮੈਂ ਬੱਸਾਂ ਦਾ ਕਿਰਾਇਆ ਦਿੱਤਾ ਹੈ ਭਲਾ ਸਰਟੀਫਿਕੇਟ ਚੈੱਕ ਕਰ ਲਓ ਫਿਰ ਰਾਜਾ ਵੜਿੰਗ ਜੀ ਨੇ ਕਿਹੜੀਆਂ ਬੱਸਾਂ ਦਾ ਕਿਰਾਇਆ ਦਿੱਤਾ ਸ਼ਾਇਦ ਉਹਨਾਂ ਨੇ ਪ੍ਰਾਈਵੇਟ ਬੱਸਾਂ ਦਾ ਭਾਵ ਪ੍ਰਾਈਵੇਟ ਟ੍ਰਾਂਸਪੋਰਟਰਾਂ ਦਾ ਕਿਰਾਇਆ ਦਿੱਤਾ ਹੋਊਗਾ ਪਰ ਹਜੇ ਤੱਕ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਬੱਸਾਂ ਦਾ ਉਹਨਾਂ ਨੇ ਕਿਰਾਇਆ ਦਿੱਤਾ ਜੇਕਰ ਆਪਾਂ ਇੱਕ ਪੀਆਰਟੀਸੀ ਬੱਸ ਵਰਤ ਨਹੀਂ ਹੋਵੇ ਤਾਂ ਉਸ ਦਾ 4500 ਰੁਪਿਆ ਕਿਰਾਇਆ ਇੱਕ ਲੱਗਦਾ ਹੈ ਉਸ ਤੋਂ ਬਾਅਦ 4.5 ਕਿਲੋਮੀਟਰ ਦਾ 1 ਲੀਟਰ ਡੀਜ਼ਲ ਲੱਗਦਾ ਹੈ ਤੇ ਉਸ ਤੋਂ ਬਾਅਦ 1 ਰੁਪਿਆ 25 ਪੈਸੇ ਲਿਬ੍ਰੀਕੇਟ ਲੱਗਦਾ ਹੈ ਇਹ ਪੂਰਾ ਕਿਰਾਇਆ ਬਣਦਾ ਇੱਕ ਪੂਰੀ ਪੀਆਰਟੀਸੀ ਜਾਂ ਕਹਿ ਸਕਦੇ ਆ ਪੰਜਾਬ ਰੋਡਵੇ ਦੀ ਬੱਸ ਦਾ ਪਰ ਅਮਰਿੰਦਰ ਸਿੰਘ ਰਾਜਾ ਵਣਗ ਨੇ ਇਹ ਕਿਰਾਇਆ ਦਿੱਤਾ ਜਨਤਾ ਇਹ ਤੁਹਾਨੂੰ ਅਸੀਂ ਸਾਫ਼ ਕਰ ਦਿੱਤਾ ਹੈ ਪਰ ਰਾਜਾ ਵੜਿੰਗਤਾ ਰੈਲੀਆਂ ਵਿੱਚ ਖੜਕੇ ਦਾਵਾ ਕਰ ਰਹੇ ਨੇ ਕਿ ਮੈਂ ਤਾਂ ਕਰਾਇਆ ਦਿੱਤਾ ਹੈ ਪਰ ਰਾਜਾ ਵੜਿੰਗ ਸਾਹਿਬ ਇੱਥੇ ਝੂਠ ਬੋਲ ਰਹੇ ਨੇ ਅਜਿਹੀਆਂ ਹੋਰ ਰਿਪੋਰਟਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ